السلام علیکم ورحمۃ اللہ وبرکاتہ. الحمدللہ نحمده ونستعینه ونستغفره ونؤمن به ونتوکل علیه ونعوذ بالله من شرور أنفسنا ومن سيئات أعمالنا من يهده الله فلا مضل له ومن يضلله فلا هادي له وأشهد أن لا إله إلا الله وحده لا شريك له وأشهد أن محمدًا عبده ورسوله أما بعد فإن خير الحديث كتاب الله وخير الهدي هدي محمد صلى الله عليه وسلم وشر الأمور محدثاتها وكل محدثة بدعة وكل بدعة ضلالة وكل ضلالة في النار. اللهم صل على محمد وعلى آل محمد كما صليت على إبراهيم وعلى آل إبراهيم إنك حميد مجيد. اللهم بارك على محمد وعلى آل محمد كما باركت على إبراهيم وعلى آل إبراهيم إنك حميد مجيد. رب اشرح لي صدري ويسر لي أمري واحلل عقدة من لساني يفقه قولي. أعوذ بالله السميع العليم وبوجهه الكريم وسلطانه القديم من الشيطان الرجيم.
بسم الله الرحمن الرحيم. وأما من خاف مقام ربه ونهى النفس عن الهوى فإن الجنة هي المأوى. وأما من خاف مقام ربه اور لیکن جو شخص اپنے رب دے سامنے کھڑا ہون تو ڈر گیا ونہا نفس عن الہوا اور انہیں اپنے نفس دیاں خواہشات نو روکی رکھیا فَإِنَّ الْجَنَّةَ هِيَ الْمَأْوَى پس بے شک ایسے شخص دا ٹھکانا جنت ہے. سامعین محترم، اللہ سبحانہ و تعالی دی عظیم شان اور عظیم البرکت کتاب دے وچو جس مقام ذیشان دا ترجمہ میں اس وقت عام فہم خدا دا زبان دے نال پیش خدمت کیتا ہے، پہلے اس مقام دی پہچان فرما لینا، اے مقام عالی شان اللہ مالک العلام دی پر رحمت کتاب دا تیسواں پارہ، سورت دا نام سورہ نازیات. اللہ 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 والو، قبل اس دے کہ میں اپنی گزارشات اور معروضات نو پیش کرا، اس تو قبل نہایت ادب دے نال ایک اپیل کر لینا مناسب سمجھنا، جمعے دے خطبے دے دوران سونا یہ بہت بری بات ہے، اچھی بات نہیں. ایسا شخص وہ اپنے اجر و ثواب نو ضائع کر بیند ہے، اور مسجد دے اندر پیار محبت دے نال بیٹھنا اور دل جمی دے نال اللہ دے قرآن نو سننا اور پیغمبر زمان حامل قرآن صاحب درخشا جناب محمد الرسول اللہ صلی اللہ علیہ وآلہ وسلم دے فرمان نو سماعت فرمانا، اور دعا کرو اللہ سانو قرآن و حدیث سن کے
ਇਹਦੇ 'ਤੇ ਅਮਲ ਦੀ ਤੌਫੀਕ ਨਸੀਬ ਫਰਮਾਏ। ਕੁਰਾਨ ਦਿਓ ਪਰਵਾਨਿਓ, ਅੱਜ ਦਾ ਖੁਤਬਾ ਖੁਤਬਾਤੁਲ ਵਿਦਾ ਯਾਨੀ ਰਮਜ਼ਾਨੁਲ ਮੁਬਾਰਕ ਦੇ ਬਾ ਬਰਕਤ ਮਹੀਨੇ ਦਾ ਇਹ ਅੱਜ ਆਖਰੀ ਦਿਨ ਹੈ ਔਰ ਆਖਰੀ ਹੀ ਖੁਤਬਾ ਜੁਮਾ ਹੈ। ਅਤੇ ਦੁਆ ਕਰੋ ਅੱਲਾਹ ਸਾਡੇ ਰੱਖੇ ਹੋਏ ਰੋਜ਼ੇ ਆਪਣੀ ਬਾਰਗਾਹ ਇਲਾਹੀ ਅੰਦਰ ਮਕਬੂਲ ਓ ਮਨਜ਼ੂਰ ਫਰਮਾ। ਕੁਰਾਨ ਦਿਓ ਪਰਵਾਨਿਓ, ਇਹ ਅੱਜ ਤੁਸੀਂ ਵੀ ਸੋਚ ਰਹੇ ਹੋਵੋਗੇ ਕਿ ਹਾਫਿਜ਼ ਸਾਹਿਬ ਅੱਜ ਬੈਠ ਕੇ ਖੁਤਬਾ ਜੁਮਾ ਪੜ੍ਹਾ ਰਹੇ ਨੇ, ਜਦਕਿ ਇਸ ਨੂੰ ਮੈਂ ਵੀ ਅੱਛਾ ਨਹੀਂ ਸਮਝਦਾ, ਕਿਉਂਕਿ ਮੇਰੇ ਔਰ ਤੁਹਾਡੇ ਪੀਰੋ ਮੁਰਸ਼ਦ ਜਨਾਬ ਮੁਹੰਮਦੁਰ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਾਲਿਹਿ ਵਸੱਲਮ ਦੇ ਤਰੀਕੇ ਦੇ ਖਿਲਾਫ਼ ਹੈ। ਲੇਕਿਨ ਬਾਮਰੇ ਮਜਬੂਰੀ ਅਗਰ ਇਨਸਾਨ ਦੀ ਤਬੀਅਤ ਸਾਥ ਨਾ ਦੇ ਰਹੀ ਹੋਏ ਤਾਂ ਫਿਰ ਇਸਲਾਮ ਇਸ ਦੀ ਇਜਾਜ਼ਤ ਦਿੰਦਾ ਹੈ। ਤਾਂ ਮੇਰੀ ਤਬੀਅਤ ਵੀ ਰਾਤ 1 ਵਜੇ ਤੋਂ ਲੱਗ ਕੇ ਔਰ ਸੁਬਹ ਤਕਰੀਬਨ 7-8 ਵਜੇ ਤੱਕ ਬਹੁਤ ਜ਼ਿਆਦਾ ਤਬੀਅਤ ਖਰਾਬ ਰਹੀ। ਗੁਰਦੇ ਦਾ ਮਸਲਾ, ਗੁਰਦੇ ਦੇ ਅੰਦਰ ਪੱਥਰੀ, ਜਦ ਤੱਕ ਉਹ ਪੱਥਰੀ ਨਿਕਲੀ ਨਹੀਂ, ਸਕੂਨ ਨਹੀਂ ਮਿਲਿਆ। ਲੇਕਿਨ ਹਕੀਕਤ ਬਾਤ ਹੈ ਕਿ ਅੱਜ ਮੈਂ ਅਗਰ ਬੈਠ ਕੇ ਖੁਤਬਾ ਜੁਮਾ ਦੇ ਰਿਹਾ ਤਾਂ ਇਹ ਬਾਮਰੇ ਮਜਬੂਰੀ ਦੇ ਤਹਿਤ। ਦੁਆ ਕਰੋ ਅੱਲਾਹ ਜਿਤਨੇ ਬਿਮਾਰ ਨੇ ਅੱਲਾਹ ਤਮਾਮ ਨੂੰ ਆਪਣੀ ਰਹਿਮਤ ਨਾਲ ਸਿਹਤ ਕਾਮਿਲਾ ਆਜਲਾ ਅਤਾ ਫਰਮਾਏ। ਕੁਰਾਨ ਦਿਓ ਪਰਵਾਨਿਓ, ਅੱਜ ਦੇ ਖੁਤਬਾ ਜੁਮਾ ਦੇ ਅੰਦਰ ਇਨਸ਼ਾ ਅੱਲਾਹੁ ਰਹਿਮਾਨ ਮੈਂ ਜਿਹੜਾ ਮਜ਼ਮੂਨ ਤੁਹਾਡੇ ਗੋਸ਼ ਗੁਜ਼ਾਰ ਕਰਨਾ ਚਾਹੁੰਦਾ, ਮਜ਼ਮੂਨ ਬੜਾ ਅਹਿਮ ਹੈ, ਬੜਾ ਪਿਆਰਾ ਹੈ। ਔਰ ਮਜ਼ਮੂਨ ਹੈ ਕਿ ਜੰਨਤ ਦਾ ਦਾਖਿਲਾ। ਦੁਆ ਕਰੋ ਅੱਲਾਹ ਸਾਨੂੰ ਸਾਰਿਆਂ ਨੂੰ ਆਪਣੀ ਜੰਨਤ ਦਾ ਦਾਖਿਲਾ ਨਸੀਬ ਫਰਮਾ। ਔਰ ਇਕੱਲੀ ਜੰਨਤ ਨਹੀਂ ਬਲਕਿ ਜੰਨਤੁਲ ਫਿਰਦੌਸ ਦਾ ਦਾਖਿਲਾ ਨਸੀਬ ਫਰਮਾ। ਕੁਰਾਨ ਦਿਓ ਪਰਵਾਨਿਓ, ਜੰਨਤ ਜਿਹੜੀ ਹੈ ਔਰ ਕੈਸੀ ਜੰਨਤ ਜਿਹਦੇ ਮੁਤਾਲਕ ਮੇਰੇ ਅਤੇ ਤੁਹਾਡੇ ਪੀਰੋ ਮੁਰਸ਼ਦ ਜਨਾਬ ਮੁਹੰਮਦੁਰ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਾਲਿਹਿ ਵਸੱਲਮ ਨੇ ਫਰਮਾਇਆ ਕਿ ਜਿਹੜਾ ਆਦਮੀ ਇੱਕ ਦਫ਼ਾ ਆਪਣੀ ਜ਼ਬਾਨ ਦੇ ਵਿੱਚੋਂ ਸੁਬਹਾਨ ਅੱਲਾ ਆਉਂਦਾ, ਅੱਲਾ ਉਹਦੀ ਜੰਨਤ ਅੰਦਰ ਇੱਕ ਦਰਖਤ ਦਾ ਬੂਟਾ ਲਗਾ ਦਿੰਦੇ ਨੇ, ਯਾਨੀ ਇੱਕ ਦਰਖਤ ਲਗਾ ਦਿੰਦੇ ਨੇ। ਜਦੋਂ ਬੰਦਾ ਆਪਣੀ ਜ਼ਬਾਨ ਵਿੱਚੋਂ ਇੱਕ ਦਫ਼ਾ ਸੁਬਹਾਨ ਅੱਲਾ ਆਉਂਦਾ। ਔਰ ਬਲਕਿ ਮੈਨੂੰ ਯਾਦ ਆਇਆ ਮੇਰੇ ਔਰ ਤੁਹਾਡੇ ਪੀਰੋ ਮੁਰਸ਼ਦ ਜਨਾਬ ਮੁਹੰਮਦ ਸੱਲੱਲਾਹੁ ਅਲੈਹਿ ਵਾਲਿਹਿ ਵਸੱਲਮ ਜਦੋਂ ਮਿਰਾਜ 'ਤੇ ਤਸ਼ਰੀਫ ਲੈ ਗਏ, ਆਕਾ ਅਲੈਹਿ ਸਲਾਤੁ ਵਸਲਾਮ ਦੀ ਮੁਲਾਕਾਤ ਜਨਾਬ ਸੈਯਦਨਾ ਇਬਰਾਹੀਮ ਅਲੈਹਿ ਸਲਾਤੁ ਵਸਲਾਮ ਦੇ ਨਾਲ ਹੋਈ, ਤਾਂ ਜਨਾਬ ਇਬਰਾਹੀਮ ਅਲੈਹਿ ਸਲਾਤੁ ਵਸਲਾਮ ਇੱਕ ਪੈਗਾਮ ਦਿੰਦੇ ਨੇ ਔਰ ਇੱਕ ਸੁਨਿਆ ਦਿੰਦੇ ਨੇ, ਆਉਂਦੇ ਨੇ ਐ ਮੁਹੰਮਦ ਸੱਲੱਲਾਹੁ ਅਲੈਹਿ ਵਾਲਿਹਿ ਵਸੱਲਮ, ਸੋਹਣਿਆ ਮਹਿਬੂਬਾ ਆਪਣੀ ਉਮਤ ਨੂੰ ਇੱਕ ਮੇਰਾ ਪੈਗਾਮ ਦੇ ਦਿਆ ਜੇ, ਇੱਕ ਮੇਰਾ ਸੁਨਿਆ ਦੇ ਦਿਆ ਜੇ। ਉਹ ਪੈਗਾਮ ਕੀ ਹੈ? ਅੱਲਾ ਅੱਲਾ
جناب ابراہیم علیہ الصلات و سلام فرماندے نے اے بیٹے محمد صلی اللہ علیہ وآلہ وسلم اپنی امت نو اے پیغام دیا دے کہ جنت جیڑی ہے اے زمین جیڑی ہے اے زرخیز ہے اور چٹیل میدان ہے، اس جنت دے اندر اگر درخت لگانے نے تے تساں آپ لگانے نے، محنت تھوڑی جی کرنی پے گی، کوشش کرنی پے گی، اور خدا دی قسمیں اور عارف والے دیو بسیو محلہ ضیا نگر دے اندر زندگی بسر کرنے والو، جیڑا آدمی ایک دفعہ سبحان اللہ آندا ہے ایس کتاب دے اتارن والے دی مینو قسم ہے، اور رب او دے نام دا درخت جیڑا جنت اندر لگائے گا، اور او درخت ساڈے عارف والے دے درختاں جتنا نہیں، اور ایتھوں دے درختاں جتنا نہیں، بلکہ حدیث دے الفاظ نے میرے اور تواڈے پیر و مرشد جناب محمد صلی اللہ علیہ وآلہ وسلم نے فرمایا کہ اتنا بڑا درخت ہے جیڑا جنت دے اندر رب نے لگا دیتا ہے، او انسان تیرے اور میرے نام دا، انسان نے آکھیا کہ یہ صرف سبحان اللہ آکھیا ہے اور اے دے نام دا ایک درخت جنت اندر لگ جاندا ہے۔ حدیث پاک دے الفاظ نے نبی علیہ الصلوۃ والسلام نے فرمایا کہ اس درخت دیاں جڑاں جیڑیاں نے سونے دیاں نے، اور اس درخت دیاں شاخاں جیڑیاں سونے دیاں نے، اللہ اکبر اللہ اکبر، اور اس درخت دی شاخ اتنی لمبی ہے، نبی علیہ الصلوۃ والسلام نے فرمایا ایک برق رفتار گھوڑا سوار آدمی یعنی فل رفتار دے اندر اپنے گھوڑے نو دوڑائے اور گھوڑا تندرست ہوئے، بیمار نہ ہوئے، لاغر نہ ہوئے، کمزور نہ ہوئے، یعنی ایک تندرست گھوڑا اور برق رفتار دوڑن والا، نبی علیہ الصلوۃ والسلام نے فرمایا کہ گھوڑا سوار آدمی اس گھوڑے نو دوڑاندا جائے دوڑاندا جائے دوڑاندا جائے، دن رات ایک کر دے وے اور کسے پاسے ایک سیکنڈ واسطے بھی رکے نہ۔ آقا علیہ السلام فرماندے نے ایک سو سال دا عرصہ، مہینہ نہیں، دو نہیں، سال نہیں، دس سال دی بات نہیں، بلکہ آقا علیہ السلام نے فرمایا ایک سو سال دا عرصہ او گھوڑے نو دوڑاندا جائے، لیکن اس درخت دی شاخ دی لمبائی تک نہیں پہنچ سکدا، اتنا بڑا درخت۔ اور انسان نے کی آکھیا ہے؟ سبحان اللہ، کی آکھیا ہے؟ ذرا پیار نال کہہ لو، رمضان دا بابرکت مہینہ ہے اور خطبۃ الوداع ہے، آخری دن ہے، تیسواں روز ہے، ہو سکتا ہے تیرے اس سبحان اللہ کہن دے نال رب تیری جنت اندر تیرے محل دے اندر اللہ درخت لگا دے وے۔ اور میں صدقے تے قربان جاواں، کوئی محنت کرنی نہیں پئی اور کوئی بڑی کوشش نہیں کرنی پئی، کوئی مشقت نہیں اٹھانی پئی، بلکہ ایک دفعہ آکھیا سبحان اللہ، ذرا آکھو ہاں پیار نال، تاکہ تواڈے محل دے اندر جنت اندر، اور خدا دی قسمیں اے تے انسان دے مقدر دی بات ہے، قسمت دی بات ہے، انسان جتنی مرتبہ سبحان اللہ آکھے گا او دا درخت جنت اندر لگے گا، معاذ اللہ جہنم اندر نہیں، اونوں جنت دا داخلہ ملدا جائے گا، جنت اندر جگہ او دے نام دی الاٹ ہوندی جائے گی۔ ذرا پیار نال آکھو سبحان اللہ، ایک باری سبحان اللہ کہن دے نال اللہ درخت لا دین دے نے۔ اور حدیث پاک دے الفاظ سن لو، اللہ اکبر، جناب ابراہیم علیہ الصلوۃ والسلام کی پیغام دین دے نے، آندے نے اے محمد صلی اللہ علیہ وسلم اپنی امت نو اے پیغام دے دینا، اور اے کلمات ذرا نوٹ فرما لو، فرمان دے نے سبحان اللہ والحمد للہ ولا الہ الا اللہ واللہ اکبر، سبحان اللہ
एक बारी आख्या सुबहान अल्लाह दरख्त लग गया, वल हमदुलिल्लाह आख्या दरख्त लग गया, वला इलाहा इल्लल्लाह आख्या दरख्त लग गया, वल्लाहु अकबर आख्या दरख्त लग गया। पता लगा एक कलिमात एक जुमला एक दफा एक कलिमा एक दफा पढ़न दे नाल अल्लाह इंसान दे महल दे अंदर जन्नत अंदर चार दरख्त लगा देंदे ने। किन्ने दरख्त? चार दरख्त। और कितने ये मौज और बहारा ने। और ए इंसान कोशिश करनी चाहिदी है, सुबहान अल्लाह है वल हमदुलिल्लाह है वला इलाहा इल्लल्लाह वल्लाहु अकबर। जगन दे पीर अलैहि सलाम फरमांदे ने ए इंसान एक दफा सुबहान अल्लाह आखिया अल्लाह तेरे महल अंदर एक दरखत दा बूटा लगा देंगे। और मैं सदके ते कुर्बान जावा खुदा दी कसम दरखत इतना प्यारा दरख्त है और ये दरख्त भी रब जन्नत अंदर ओ लाएगा जेड़ा होएगा भी फलदार, जेड़ा होएगा भी फलदार। कल क्यामत आले दिन उन्दे थल्ले बैठा होएगा, अल्लाह नसीब च कर दे, अल्लाह नसीब च कर दे। कल क्यामत आले दिन बैठा होएगा जन्नत दे अंदर और उस दरख्त दे थल्ले बैठा होएगा, दिल करेगा और अनार लगा बड़ा खूबसूरत है, इंसान दा दिल करता है कि ये अनार मैं तोड़ के खा लवा, ये मैं तोड़ के खा लवा। अजय इंसान दे जेन अंदर इन्नी बात आउंदी है ते खुदा दी कसमे आवाज़ आंदी है ए दरख्ता ए अनार ए शाख ए मेरा वो बंदा है जेड़ा सारी जिंदगी मेरे सामने झुकदा रहा, अज ए सामने तू झुक जा, इनू उठन की भी जरूरत नहीं पैनी, इनू खड़िया होने की जरूरत नहीं पैनी और मियाँ इनू हाथ हिलाने की लोड़ नहीं पैनी। हदीस के अल्फाज ने मियाँ ये दरखत जेड़ा ये शाख झुक जाएगी ये सामने आ जाएगी तो इंसान जेड़ा देखदा कि ये तो उत्थे लगा सी ते झुक के मेरे सामने आ गया ते अजे सोचता पिया कि इनू मैं तोड़ लवा कि ना तोड़ा, अजे दिल विच ख्याल ही है ते जनाब पिछे एक कंधे दे उत्ते एक हाथ रखा जांदा, हाथ रखन वाली है दे कंधे ते हाथ रख देंदी है ते इंसान जेड़ा इंदे अल वेंदा ना जदों बड़ा नरमो नाजिक हाथ है, रेशम नालों ज़्यादा नरम हाथ है। यजदानी अपने कोलो बात नहीं कर रहा, हदीस दे अल्फाज ने बड़ा नरमो नाजिक और रेशम नालों नरम हाथ है ते ए इंसान इधर वेंदा हाथ वाल वेंदा ते जनाब किदे ओदे चेहरे वाल नजर मारदा, खुदा दी कसमे ए पिछे हूर खलोती है। इंसान जिदो एदे चेहरे वाल तकदा ते इनू अपनी शकल ओदे चेहरे विचो नजर आंदी है ते ओ आंदी है जनाब तोड़ लवोगे कि मैं तोड़ के तुहाडे सामने रख देवा। ओ मियां आखिया की है सुबहान अल्लाह, की आखिया बोलो ते सही यार की आखिया सुबहान अल्लाह। अज इंशाल्लाह मैं सारी गल ही जन्नत दी करनी है, अल्लाह सारिया नू जन्नत दा दाखिला नसीब कर दे। और मजमून बड़ा अहम है, जरा गौर करना। आवाज आंदी है मौला फरमांदे ने व अम्मा मन खाफ मकाम रब्बही व नहन नफ्स अनिल हवा फइन्नल जन्नत है अल मावा। जगन दे पीर अलैहि सलातो वसलाम फरमांदे ने ए रब दा कुरान ऐलान कर रहा है, ऐलान खुदा बंदी ते कलामे रहमान ने फरमाया व अम्मा मन खाफ मकाम रब्बही व नहन नफ्स अनिल हवा। ओ जेड़ा शख्स अपने रब दे सामने खड़ा हूं तो डर गया, की मतलब है कल क्यामत दे दिन तो डर गया। इंसान सोचता है कि एक वक्त आना जरूर आना है अल्लाह रब्बुल इज्जत ने कब्रां दे विच्चों उठा के ते अपने सामने खड़िया कर लेना है,
وَأَمَّا مَنْ خَافَ مَقَامَ رَبِّهِ تے انسان اس دن تو ڈر جاندا ہے قیامت دے دن تو ڈر جاندا ہے رب دے سامنے کھڑے ہون تو ڈر جاندا ہے وَنَهَا النَّفْسَ عَنِ الْهَوَى وَنَهَا النَّفْسَ عَنِ الْهَوَى تے انہیں اپنے نفس دیاں اے خواہشات نوں انہیں نہیں منیاں نفس تے آندا ہے او کی کرنا ہے مسیتے جا کے چھڑ پرا نفس جیڑا ہے انسان دے اندروں جیڑا ہے اے نفس بولدا ہے آندا ہے چھڑ کر کی کرنا ہے مسیتے جا کے گھر ستا رہ لیکن اے اوندے آنکھے نہیں لگدا او میاں اے نفس آندا ہے او چھڑ پرا نیکی کرن نوں کی کرنی ہے نیکی کر کے لیکن اے نفس دے آنکھے نہیں لگدا میاں اپنے نفس اپنی خواہشات دے آنکھے نہیں لگدا خواہش آندی ہے او میاں نفس آندا ہے چھڈ پرا اینی گرمی او روزہ رہ کے کی کرنا ہے لیکن اپنے نفس دے آنکھے نہیں لگدا اے اپنے خواہشات دے تابے نہیں ہوندا اونوں او دے جناب تابے نہیں ہوندا تے مولا فرماندے نے وا ان الجنت ہے الماوا فَإِنَّ الْجَنَّتَ هِيَ الْمَأْوَى فرمایا پس بے شک ایسے لوگ انہاں دا ٹکانا جنت ہوئے گا او ہمیشہ ہمیشہ جنت اندر رہن گے ہمیشہ ہمیشہ انہاں دا ٹکانا جنت ہے قرآن دے او پروانے ہو اجے سمجھ نہیں آئی تے ایک اور مقام نوٹ کر لو جنت دے داخلے واسطے رب نے کچھ شرطاں لگائیاں نے او انسانا رب نے کوئی تیرے تے میرے ذمے کام لگائے نے تے ذرا نوٹ کر لا آواز آندی ہے مولا فرماندے نے اے پارا دسویں تے سورت دا نام سورۃ توبہ ہے آواز آندی ہے مولا فرماندے نے والمؤمنون والمؤمنات بعضهم اولیاء بعض پھر کہہ لو سبحان اللہ قرآن سن کے کھل کھلا جایا کرو میں تے پہلے ہی دس دیتا ہے یہ تے قسمت دی گل ہے جیڑا سبحان اللہ کہہ لے گا جنت اندر درخت لگ جائے گا تے جیڑا گونگا بن کے بیٹھا رہے گا وہ دی اپنی ایک قسمت ہے فرمایا والمؤمنون والمؤمنات بعضهم اولیاء بعض رب نے ایتھے دونوں دی بات کیتی ہے مردان دی بھی کیتی ہے تے عورتان دی بھی گل کیتی ہے فرمایا والمؤمنون والمؤمنات مومن بندے تے مومنہ عورتان جیڑیاں نے بعضهم اولیاء و بعض او بعض 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 دے دوست نے کی مطلب بعض بعض دے مددگار نے دین دے معاملے دے اندر ایک دوسرے دے معاون بندے نے دین دے معاملے دے اندر ایک دوسرے دے مددگار بندے نے والمؤمنون والمؤمنات بعضهم اولیاء بعض او نیکی دے کماں چ ایک دوسرے نال معاملت کردے نے مددگار بندے نے تے کیویں یامرون بالمعروف فرمایا کلے بندے ہی نہیں ایتھے رب نے بیبیاں دی وی گل کیتی ہے ایتھے رب نے انہاں نیک عورتاں دی وی گل کیتی ہے فرمایا یا امرون بالمعروف او نیکی دا حکم کردے نے ایک دوسرے نو نیکی دا حکم کردے نے نیکی دی تلقین کردے نے مرد وی کردے نے تے عورتاں وی کردیاں نے و ینہون عن المنکر تے برائی تو آپ وی بچدے نے تے لوگاں نو وی برائی تو بچاندے نے آپ وی برائی تو بچدے نے تے لوگاں نو وی برائی کولو منع کردے نے و یقیمون الصلاۃ تے نماز قائم کردے نے لوکاں نو وی نماز پڑھن دا حکم دیندے نے آپ وی پڑھدے نے اے مرد وی پڑھدے نے عورتاں وی پڑھدیاں نے دوناں دی رب بات کر رہے ہے فرمایا
ਫਰਮਾਇਆ ਵਯਕੀਮੂਨ ਸਲਾਤਾ ਵਯੂਤੂਨ ਜ਼ਕਾਤਾ। ਤੇ ਜਦੋਂ ਰੱਬ ਇਹਨਾਂ ਨੂੰ ਮਾਲ ਦੇ ਦਿੰਦਾ, ਮਰਦ ਨੂੰ ਦਿੰਦਾ, ਔਰਤ ਨੂੰ ਰੱਬ ਦੇ ਦਿੰਦਾ, ਤੇ ਫਿਰ ਮਾਲ ਵਿੱਚੋਂ ਜ਼ਕਾਤ ਵੀ ਦਿੰਦੇ ਨੇ। ਵਯੂਤੂਨ ਅੱਲਾਹ ਵਰਸੂਲਹੂ, ਤੇ ਇਤਾਤ ਕਰਦੇ ਨੇ ਅੱਲਾਹ ਤੇ ਉਹਦੇ ਰਸੂਲ ਦੀ। ਓਲਾ ਇੱਕ ਸਯਰ ਹਮੁਹਮੁਲਾ, ਖੁਦਾ ਦੀ ਕਸਮੇ ਮੇਰੇ ਕੋਲ ਲੱਖਾਂ ਮਨ ਸੋਨਾ ਹੋਏ ਮੈਂ ਇਹਨਾਂ ਜੁਮਲਿਆਂ ਨੂੰ ਲਿਖ ਕੇ ਲੈ ਜਾਵਾਂ। ਉਹ ਮੀਆਂ ਮੇਰੇ ਕੋਲ ਆਬੇ ਜ਼ਰ ਹੋਏ ਮੈਂ ਇਸ ਜੁਮਲੇ ਨੂੰ ਲਿਖ ਕੇ ਲੈ ਜਾਵਾਂ। ਤੁਸੀਂ ਨਹੀਂ ਸਮਝੇ, ਖੁਦਾ ਦੀ ਕਸਮੇ ਰੱਬ ਨੇ ਬੜੀ ਵੱਡੀ ਗੱਲ ਕਰ ਦਿੱਤੀ ਹੈ। ਫਰਮਾਇਆ ਉਹ ਲਾ ਇੱਕ ਸਯਰ ਹਮੁਹਮੁਲਾ, ਇਹ ਉਹ ਲੋਕ ਨੇ ਇਹਨਾਂ ਉੱਤੇ ਮੈਂ ਰੱਬ ਆਪਣੀ ਰਹਿਮਤ ਦਾ ਨਜ਼ੂਲ ਕਰਨਾ, ਇਹਨਾਂ 'ਤੇ ਮੈਂ ਰਹਿਮਤ ਕਰਨਾ, ਇਹਨਾਂ 'ਤੇ ਮੈਂ ਆਪਣੀ ਰਹਿਮਤ ਦਾ ਨਜ਼ੂਲ ਕਰਨਾ। ਕਿਹਨਾਂ 'ਤੇ? ਫਰਮਾਇਆ ਜਿਹੜੇ ਲੋਕ ਬੁਰਾਈ ਕੋਲੋਂ ਬਚਦੇ ਨੇ, ਲੋਕਾਂ ਨੂੰ ਬੁਰਾਈ ਕੋਲੋਂ ਬਚਾਉਂਦੇ ਨੇ, ਨੇਕੀ ਦਾ ਹੁਕਮ ਕਰਦੇ ਨੇ, ਆਪ ਨੇਕੀ ਕਰਦੇ ਨੇ, ਨਮਾਜ਼ਾਂ ਪੜ੍ਹਦੇ ਨੇ, ਜ਼ਕਾਤਾਂ ਦਿੰਦੇ ਨੇ, ਫਰਮਾਇਆ ਇਹ ਉਹ ਲੋਕ ਨੇ। ਅੱਲਾਹ ਫਰਮਾਉਂਦੇ ਨੇ ਵਯਤੀਉਨ ਅੱਲਾਹ ਵਰ ਰਸੂਲਹੂ, ਤੇ ਇਤਾਤ ਕਰਦੇ ਨੇ ਅੱਲਾਹ ਤੇ ਉਹਦੇ ਰਸੂਲ ਦੀ। ਓਲਾ ਇੱਕ ਸਯਰ ਹਮੁਹਮੁਲਾ, ਫਿਰ ਕਹਿ ਲਓ ਸੁਬਹਾਨ ਅੱਲਾਹ। ਓਲਾ ਇੱਕ ਸਯਰ ਹਮੁਹਮੁਲਾ, ਫਰਮਾਇਆ ਇਹਨਾਂ ਲੋਕਾਂ ਦੇ ਉੱਤੇ ਮੈਂ ਰੱਬ ਰਹਿਮਤ ਦਾ ਨਜ਼ੂਲ ਕਰਨਾ, ਇਹਨਾਂ 'ਤੇ ਰੱਬ ਆਪਣੀ ਰਹਿਮਤ ਦਾ ਨਜ਼ੂਲ ਕਰਦਾ। ਇਨਾ ਅੱਲਾਹ ਅਜ਼ੀਜ਼ੁਲ ਹਕੀਮ, ਤੇ ਅਜੇ ਸਮਝ ਨਹੀਂ ਆਈ? ਇਹ ਕੰਮ ਕਰਨ ਵਾਲੇ ਨਾਲ ਨਾ ਰੱਬ ਨੇ ਇੱਕ ਵਾਅਦਾ ਕੀਤਾ। ਬੋਲੋ ਰੱਬ ਨੇ, ਉਹ ਗੱਜ ਕੇ ਬੋਲੋ, ਰੱਬ ਨੇ ਮੇਰਾ ਤੇਰਾ ਵਾਅਦਾ ਗਲਤ ਹੋ ਸਕਦਾ, ਮੇਰਾ ਤੇਰਾ ਵਾਅਦਾ ਬੋਲੋ ਗਲਤ ਹੋ ਸਕਦਾ, ਅੱਜ ਦੇ ਖਤੀਬ ਦਾ ਵਾਅਦਾ ਗਲਤ ਹੋ ਸਕਦਾ, ਅੱਜ ਦੇ ਮੁਹੱਦਸ ਦਾ, ਅੱਜ ਦੇ ਫਕੀਰ ਦਾ ਵਾਅਦਾ ਗਲਤ ਹੋ ਸਕਦਾ, ਅੱਜ ਦੇ ਬੜੇ ਦਾ ਵਾਅਦਾ ਗਲਤ ਹੋ ਸਕਦਾ, ਅੱਜ ਦੇ ਚੌਧਰੀ ਦਾ ਵਾਅਦਾ ਗਲਤ ਹੋ ਸਕਦਾ, ਪਰ ਰੱਬ ਦਾ ਵਾਅਦਾ ਗਲਤ ਹੋ ਸਕਦਾ? ਗੱਜ ਕੇ ਬੋਲੋ, ਜਿਹੜਾ ਰੱਬ ਵਾਅਦਾ ਕਰੇ ਉਹ ਗਲਤ ਹੋ ਸਕਦਾ? ਤੇ ਹੁਣ ਰੱਬ ਵਾਅਦਾ ਕਰ ਰਿਹਾ ਇਹਨਾਂ ਲੋਕਾਂ ਨਾਲ ਕਰ ਰਿਹਾ, ਇਹ ਜਿਨ੍ਹਾਂ ਦੀ ਪਿੱਛੇ ਗੱਲ ਹੋ ਰਹੀ ਹੈ। ਫਰਮਾਇਆ ਵਅਦੱਲਾਹੁਲ ਮੁਮਿਨੀਨਾ ਵਲ ਮੁਮਿਨਾਤ, ਫਰਮਾਇਆ ਰੱਬ ਦਾ ਵਾਅਦਾ ਇਹਨਾਂ ਮੋਮਿਨ ਬੰਦਿਆਂ ਦੇ ਨਾਲ ਅਤੇ ਮੋਮਿਨਾ ਔਰਤਾਂ ਦੇ ਨਾਲ, ਦੋਨਾਂ ਦੀ ਗੱਲ, ਮੋਮਿਨ ਬੰਦੇ ਅਤੇ ਮੋਮਿਨਾ, ਉਹ ਗੱਜ ਕੇ ਬੋਲੋ, ਮੋਮਿਨ ਬੰਦੇ ਅਤੇ ਮੋਮਿਨਾ ਮੋਮਿਨਾ ਔਰਤਾਂ, ਰੱਬ ਦਾ ਇਹਨਾਂ ਦੋਨਾਂ ਨਾਲ ਵਾਅਦਾ, ਵਾਅਦਾ ਕੀ ਹੈ? ਫਰਮਾਇਆ ਵਅਦੱਲਾਹੁਲ ਮੁਮਿਨੀਨ ਵਲ ਮੁਮਿਨਾਤ ਜੰਨਾਤਿਨ ਤਜਰੀ, ਫਿਰ ਕਹਿ ਲਓ ਸੁਬਹਾਨ ਅੱਲਾਹ। ਉਹ ਜੰਨਤ ਦਾ ਦਾਖਲਾ ਚਾਹੁੰਦੇ ਹੋ ਨਾ, ਜੰਨਤ ਦਾ ਦਾਖਲਾ, ਤੇ ਫਿਰ ਇਹਨਾਂ ਚੀਜ਼ਾਂ ਤੇ ਅਮਲ ਕਰਨਾ ਪਏਗਾ। ਵਅਦੱਲਾਹੁਲ ਮੁਮਿਨੀਨਾ ਵਲ ਮੁਮਿਨਾਤ ਜੰਨਾਤਿਨ, ਹਾਏ ਕੁਰਾਨ ਮੈਂ ਤੇਰੇ ਤੋਂ ਸਦਕੇ ਤੇ ਲੱਖ ਵਾਰ ਕੁਰਬਾਨ ਜਾਵਾਂ ਔਰ ਸਾਰੇ ਜਹਾਨ ਨੂੰ ਗੋਲ ਘੁਮਾਵਾਂ। ਖੁਦਾ ਦੀ ਕਸਮੇ ਇਹ ਮੋਤੀ ਕੀ ਨੇ, ਹਾਏ ਸਦਕੇ ਤੇ ਕੁਰਬਾਨ ਜਾਵਾਂ। ਮੇਰੇ ਵੀਰ, ਮੇਰੇ ਬਰਾਦਰ, ਇਹ ਕੁਰਾਨ, ਇਹ ਆਯਾਤ, ਇਹ ਮੋਤੀਆਂ ਦਾ ਇੱਕ ਗੁਲਦਸਤਾ। ਫਰਮਾਇਆ ਵਅਦੱਲਾਹੁਲ ਮੁਮਿਨੀਨ ਵਲ ਮੁਮਿਨਾਤ ਜੰਨਾਤਿਨ। ਅੱਛਾ ਵੀ ਇਮਾਨਦਾਰੀ ਨਾਲ ਦੱਸੋ, ਇੰਨੀ ਸ਼ਿੱਦਤ ਦੀ ਗਰਮੀ ਦੇ ਅੰਦਰ ਇਹ ਰੋਜ਼ਾ ਰੱਖਿਆ ਤੇ ਕਾਹਦੇ ਵਾਸਤੇ? ਬੋਲੋ ਕਿ ਰੱਬ ਸਾਡੇ 'ਤੇ ਰਾਜ਼ੀ ਹੋ ਕੇ ਅਤੇ ਜੰਨਤ ਦਾ ਦਾਖਲਾ ਦੇ ਛੱਡੇ, ਇਹ ਹੀ ਮਕਸਦ ਹੈ ਨਾ। ਅਫਤਾਰੀਆਂ ਮਾਸ਼ਾਅੱਲਾ ਕਰਵਾਉਂਦੇ ਰਹੇ, ਰੌਣਕ ਲੱਗੀ ਰਹੀ, ਅਤੇ ਮੈਂ ਤਾਂ ਆਹਨਾ ਕਦੀ ਰੱਬ ਤੋਂ ਫੀਕ ਦੇਵੇ ਨਾ,
ते महीने च एक दफा एक दो दफा इंज दा फंक्शन कर लेना चाहिए ताकि मस्जिद की रौनक बहाल रवे, अल्लाह तौफीक देवे। ते जे रब किसी नू तौफीक देवे ते फिर घाटा हो सकदा, ओ बोलो हो सकदा। ते इंज दा कोई ना कोई प्रोग्राम एक अद्धी देख ला छड़िया करो, कोई नहीं रब दे रस्ते ते। मेरे वीर मेरे बरादर इंशाल्लाह ए जिन्नी रौनक बढ़ती जाएगी जिन्नी रौनक बढ़ती जाएगी तेरे वास्ते सदका जारिया बनता जाएगा। अल्लाह अल्लाह मेरे वीर मेरे बरादर, हाय हाय शिद्दत दी गर्मी दे रोजे रखे कियाम लाइल कीता और मियाँ अफतारियाँ करवाइयाँ, मकसद की है कि साडा रब राजी हो जाए, साडा रब साडे ते राजी हो के ते रब जन्नत दा दाखला नसीब कर, यही मकसद है ना। ते अल्लाह कबूल कर ले, अल्लाह कबूल कर ले। फरमाया जन्नत नतजरी मिन तहतिहल अनहार खालदीन फीहा व मसाकिन तय्यिबतन फी जन्नत अदन व रिजवान मिन अल्लाह अकबर ज़ालिका हुवल फौज़ुल अज़ीम। कुरान दे परवाने हो अजे नहीं समझ आई ते एक और मुकाम मेरे सामने निकल आया ए भी पारा दसवें ते सूरत दा ना सूरत तौबा आवाज आंदी है किन्ना नु जन्नत दा दाखला देना है। फरमाया सुन लो जरा नोट कर लो, फरमाया अल्लज़ीना आमनु जेड़े रब ते ईमान ले आए الذين آمنوا وهاجروا وجاهدوا في سبيل الله بأموالهم وأنفسهم أعظم درجة عند الله وأولئك هم الفائزون। अजे नहीं समझ आई, फरमाया यो बशरहम यो बशरहम ऐ मेरे महबूब पैगंबर जनाब मुहम्मद सल्लल्लाहु अलैहि वसल्लम सोनिया महबूबा इन्हां नू बशारतां दे दियो। कादियां बशारतां? जन्नत दियां। कादियां? ओ गज के बोलो कादियां। तवज्जो इधर मेरी तरफ रखो, तवज्जो इधर रखो। ए अच्छी बात नहीं है, एक बंदा उधर बाकी सारे मुंह चुके उधर बैठ जान, ये अच्छी बात नहीं है। जरा कुरान वाल ध्यान रखो ते अपने दिलो दिमाग नु हाजिर करके बैठो। फरमाया ऐ मेरे महबूब पैगंबर जनाब मुहम्मद सल्लल्लाहु अलैहि वसल्लम यो बशरहुम, तेरे रब ने इन्हां नू बशारत सुना दिती है। कादी बशारत? एक जन्नत दी। पहली बशारत रब ने दिती जन्नत दी। फरमाया यो बशरहुम रब्बुहुम तेरा रब बशारत दे रहे है बेरहमत मिनहो ते नाल अपनी रहमत दी बशारत भी दे रहे है इन्हां लोगां ते मैं बेरहमत दे नजूल करांगा बेरहमत मिनहो रिजवान ते दुनिया दे उत्ते जिथे इन्हां नू मेरी मदद दी लोड़ पैगी मैं इन्हां दा मददगार भी बन जावांगा मैं इन्हां दी मदद भी करांगा। व जन्नातिल फीहा नईम मुकीम, फरमाया खालदीन फीहा अबदा इन्नल्लाह इन्दहु अजरुन अज़ीम। कुरान दे अपरवाने आजे नहीं समझ आई ते एक होर मुकाम नोट कर ला, ये कौन लोग ने जन्नत दे हकदार ते किन्ना नू रब ने जन्नत दा दाखला नसीब करने, हुन जरा गौर कर ला ये केड़े खुश नसीब है जिन्ना नू रब जन्नत दा दाखला अता करेगा। फरमाया अत्ताएबून अत्ताएबून
ਜਦੋਂ ਗਲਤੀ ਹੋ ਜਾਂਦੀ ਹੈ ਤਾਂ ਤੌਬਾ ਕਰਦੇ ਨੇ, ਕੀ ਕਰਦੇ ਨੇ, ਅੜਦੇ ਨਹੀਂ, ਬੋਲੋ ਅੜਦੇ। ਗਲਤੀ ਹੋ ਜਾਂਦੀ ਹੈ, ਲਗਜ਼ਿਸ਼ ਹੋ ਜਾਂਦੀ ਹੈ, ਖਤਾ ਹੋ ਜਾਂਦੀ ਹੈ, ਅਤੇ ਫਿਰ ਰੱਬ ਕੋਲੋਂ ਮਾਫ਼ੀ ਮੰਗਦੇ ਨੇ। ਉਹ ਮੀਆਂ ਰੱਬ ਦੇ ਸਾਹਮਣੇ ਗਿੜਗਿੜਾਉਂਦੇ ਅਤੇ ਰੱਬ ਦੇ ਸਾਹਮਣੇ ਰੋਂਦੇ ਨੇ, ਅਤੇ ਰੱਬ ਦੇ ਸਾਹਮਣੇ ਆ ਕੇ ਪਛੇਮਾਨ ਹੋ ਜਾਂਦੇ ਨੇ। ਅੱਤਾ ਏਬੂਲ ਅਲ ਆਬਦੂਲ, ਅਤੇ ਇਬਾਦਤ ਕਰਦੇ ਨੇ। ਬੋਲੋ ਕੀ ਕਰਦੇ ਨੇ, ਇਬਾਦਤ ਕਿਹਦੀ ਕਰਦੇ ਨੇ, ਰੱਬ ਦੀ, ਕਿਹਦੀ, ਗੈਰ ਦੀ ਨਹੀਂ। ਜ਼ਿਕਰ ਕਰਨਾ ਇਹ ਵੀ ਇਬਾਦਤ ਹੈ, ਕੁਰਾਨ ਦੀ ਤਿਲਾਵਤ ਕਰਨਾ ਇਬਾਦਤ ਹੈ, ਉਹ ਮੀਆਂ ਸਦਕਾ ਉਹ ਖੈਰਾਤ ਕਰਨਾ ਇਬਾਦਤ ਹੈ, ਮਸਜਿਦ ਦਾ ਖਿਆਲ ਕਰਨਾ ਇਬਾਦਤ ਹੈ, ਹਮਸਾਏ ਦਾ ਖਿਆਲ ਕਰਨਾ ਇਬਾਦਤ ਹੈ, ਹੱਤਾ ਕਿ ਵਾਹ ਮਾਲਕਾ ਤੈਨੂੰ ਕੌਣ ਆਖੇ ਇੰਜ ਨਹੀਂ ਇੰਜ ਕਰ, ਹੱਤਾ ਕਿ ਤੂੰ ਹਲਾਲ ਰੋਜ਼ੀ ਕਮਾ ਕੇ, ਹਲਾਲ ਅੱਲਾ ਸਭ ਨੂੰ ਹਲਾਲ ਨਸੀਬ ਫਰਮਾ, ਹਲਾਲ ਰੋਜ਼ੀ ਕਮਾ ਕੇ ਲਿਆ ਕੇ ਅਤੇ ਬੱਚਿਆਂ ਦੇ ਮੂੰਹ ਅੰਦਰ ਪਾਨਾ, ਇਹ ਲੁਕਮਾ ਪਾਨਾ, ਰੱਬ ਇਹਨੂੰ ਵੀ ਇਬਾਦਤ ਅੰਦਰ ਲਿਖ ਲੈਂਦਾ। ਸੁਬਹਾਨ ਅੱਲਾ ਸੁਬਹਾਨ ਅੱਲਾ, ਕੋਈ ਇੱਕ ਇਬਾਦਤ ਹੈ, ਪਤਾ ਲੱਗਾ ਇਹ ਇਬਾਦਤ ਕਰਦੇ ਨੇ ਅਤੇ ਰੱਬ ਦੀ ਕਰਦੇ, ਅਤੇ ਰੱਬ ਦੇ ਨਾਲ ਕਿਸੇ ਗੈਰ ਨੂੰ ਸ਼ਰੀਕ ਬਣਾਉਂਦੇ। ਇਹ ਯਾ ਫਰੀਦ ਦੇ ਵਿਰਧ ਵਜ਼ੀਫੇ ਨਹੀਂ ਕਰਦੇ। ਉਹ ਮੀਆਂ ਇਹ ਜਨਾਬ ਹੱਕ ਯਾ ਹੱਕ ਅਤੇ ਹੱਕ ਬਹੁ ਦੇ ਵਿਰਧ ਵਜ਼ੀਫੇ ਨਹੀਂ ਕਰਦੇ। ਇਹ ਜਦੋਂ ਵਿਰਧ ਵਜ਼ੀਫੇ ਕਰਦੇ ਨੇ ਯਾ ਰਹਿਮਾਨ ਕਰਕੇ ਪੁਕਾਰਦੇ ਨੇ, ਅਤੇ ਇਹ ਜਦੋਂ ਬੁਲਾਉਂਦੇ ਨੇ ਅਤੇ ਆਪਣੇ ਰੱਬ ਨੂੰ ਬੁਲਾਉਂਦੇ ਨੇ, ਔਰ ਜਦੋਂ ਇਬਾਦਤ ਕਰਦੇ ਨੇ ਅਤੇ ਰੱਬ ਦੀ ਕਰਦੇ ਨੇ। ਇਹਨਾਂ ਲੋਕਾਂ ਨੂੰ ਰੱਬ, ਇਹਨਾਂ ਨਾਲ ਹੀ ਵਾਅਦਾ ਰੱਬ ਦਾ, ਫਰਮਾਇਆ ਇਹ ਉਹ ਲੋਕ ਨੇ ਜਿਨ੍ਹਾਂ ਨੂੰ ਮੈਂ ਜੰਨਤ ਦਾ ਦਾਖਲਾ ਨਸੀਬ ਕਰਨਾ। ਫਰਮਾਇਆ ਅਤਾਇਬੂਲ ਅਲ ਆਬਦੂਲ ਅਸਾਇਹੂਲ, ਅਤੇ ਰੋਜ਼ੇ ਰੱਖਦੇ ਨੇ। ਬੋਲੋ ਕੀ ਕਰਦੇ ਨੇ, ਰੋਜ਼ੇ ਰੱਖਦੇ ਨੇ, ਅਸਾਇਹੂਲ। ਔਰ ਅੱਗੇ ਫਰਮਾਇਆ ਅਰਰਾਕਿਊਨ ਸਾਜਦੂਨ, ਰਕੂ ਕਰਦੇ ਨੇ, ਸਜਦਾ ਕਰਦੇ ਨੇ, ਰਕੂ ਕਰਨ ਵਾਲਿਆਂ ਨਾਲ, ਸਜਦਾ ਕਰਨ ਵਾਲਿਆਂ ਦੇ ਨਾਲ। ਅਰਰਾਕਿਊਨ ਸਾਜਦੂਨ ਅਲ ਆਮਰੂਨਾ ਅਲ ਆਮਰੂਨਾ ਬਿਲ ਮਾਰੂਫ ਵਨਾਉ ਅਨਿਲ ਮੁਨਕਰ, ਅਤੇ ਨੇਕੀ ਦਾ ਹੁਕਮ ਦਿੰਦੇ ਨੇ, ਬੁਰਾਈ ਕੋਲ ਰੋਕਦੇ ਨੇ। ਵੱਲ ਹਾਫਿਜ਼ੂਨਾ ਲਿਹੁਦੂ ਦਿੱਲਾ ਵੱਲ ਹਾਫਿਜ਼ੂਨਾ ਲਿਹੁਦੂ ਦਿੱਲਾ, ਅਤੇ ਰੱਬ ਦੀਆਂ ਹੱਦਾਂ ਦੀ ਹਿਫਾਜ਼ਤ ਕਰਦੇ ਨੇ, ਤੌਹੀਦ ਦੀ ਹਿਫਾਜ਼ਤ ਕਰਦੇ ਨੇ, ਤੌਹੀਦ ਵਿੱਚ ਕਿਸੇ ਨੂੰ ਸੰਨ ਨਹੀਂ ਲਾਉਣ ਦਿੰਦੇ। ਵੱਲ ਹਾਫਿਜ਼ੂਨਾ ਲਿਹੁਦੂ ਦਿੱਲਾ ਵਬਸ਼ਰਿਲ ਮੁਅਮਿਨੀਨ, ਫਰਮਾਇਆ ਸੋਹਣੀਆਂ ਮਹਿਬੂਬਾ ਇਹ ਮੋਮਿਨੀਨ ਨੇ, ਅਤੇ ਇਹਨਾਂ ਨੂੰ ਬਸ਼ਾਰਤ ਦੇ, ਬਸ਼ਾਰਤ ਕਾਹਦੀ, ਜੰਨਤ ਦੀ। ਬੋਲੋ ਕਾਹਦੀ, ਉਹ ਗੱਜ ਕੇ ਬੋਲੋ ਕਾਹਦੀ, ਅੱਲਾ ਸਭ ਨੂੰ ਜੰਨਤ ਦਾ ਦਾਖਲਾ ਨਸੀਬ ਫਰਮਾਏ। ਅਤੇ ਕੁਰਾਨ ਦੇ ਪਰਵਾਨੇ ਹੋ, ਅਜੇ ਸਮਝ ਨਹੀਂ ਆਈ ਅਤੇ ਆ ਮੈਂ ਸਮਝਾਵਾਂ, ਔਰ ਹਦੀਸ ਦੀ ਵੀ ਤੈਨੂੰ ਵਰਗਰਦਾਨੀ ਕਰਾਵਾਂ, ਮੈਂ ਸਦਕੇ ਅਤੇ ਕੁਰਬਾਨ ਜਾਵਾਂ। ਮੇਰੇ ਵੀਰ ਮੇਰੇ ਬਰਾਦਰ, ਆ ਇੱਕ ਨਬੀ ਦਾ ਪਰਵਾਨਾ, ਇਹਦਾ ਨਾਂ ਹੈ ਜਨਾਬ ਹੁਜ਼ੈਫਾ, ਕਹਿ ਲਓ ਰਜ਼ੀ ਅੱਲਾਹੁ ਤਾਲਾ, ਗੱਜ ਕੇ ਕਹਿ ਲਓ ਰਜ਼ੀ ਅੱਲਾਹੁ ਤਾਲਾ ਅਨ। ਨਬੀ ਦੇ ਸਿਹਾਬੀ ਦਾ ਨਾਮ ਆਏ ਅਤੇ ਰਜ਼ੀ ਅੱਲਾਹੁ ਤਾਲਾ ਅਨਹੁ ਆਖਿਆ ਕਰੋ,
جناب حذیفہ رضی اللہ تعالیٰ نو بیان کردے نے کہ نبی پاک صلی اللہ علیہ وسلم نے فرمایا کہ پہلے لوگان دے وچوں نا ایک آدمی سی، تے اللہ نے عہدے والے اسرائیل نو بھیجیا، ملک الموت آیا، فرشتہ آیا، یہ روح قبض کر کے تے لے گیا. بولو روح قبض کر کے. تے ایک وقت آنا اے میری روح بھی تے تہاڈی بھی قبض ہو جانی. ایک وقت آنا ہی آنا ایتھے، کسے ہمیشہ رہنا نہ نبی رہ تے نہ ولی رہ. آقا فرماندے نے دی روح قبض کر کے لے گیا تے رب دے سامنے، رب نے انو اپنے سامنے کھڑیاں کر دیتا. آ تک لے جنت دا داخلہ رب نے سامنے کھڑیاں کیتا. فرمایا ہاں بھائی، دنیا تے رہ کے کوئی چج دا کام کیتا ہی؟ آندا مالکا مینوں تے کوئی پتہ نہیں. یعنی ساری زندگی وہدی عیباں تے غلطیاں چ گزر گئی. اج کئی ساڈے بھرا وہ سوچتے ہیں کہ سال اسی مسیتے نہیں بڑے، ہون جاواں گے تے لوگ کی آکھن گے. وہ صرف اسے گل پیچھے ہی مارے جاندے ہیں. ہائے ہائے میرے ویر میرے برادر، وہ تے آوازاں دیندا ہے کہ میرے بندے تو میرے در تے آ سہی، ایک واری آ کے چک سہی، تے میں جے تیریاں غلطیاں نہ معاف کیتیاں تے مینوں رب کون آکھے گا؟ اور کلیاں غلطیاں ہی رب آندا میں معاف نہیں کرانگا، بلکہ تو میرے در تے ایک واری آ کے چک سہی تے مینوں رب کنے آکھنا جے تیریاں غلطیاں نو بھی میں نیکیاں وچ تبدیل نہ کر دیتا تے مینوں رب نہ آکھے. اللہ اللہ، 50 سالاں دے گناہ، 40 سالاں دے گناہ تو لے کے رب دے سامنے آوے تے ایک واری وہ سامنے آ کے رو پویں، گڑ گڑا پویں، تے رب کہے جا میرے بندے میں 50 سالاں دے گناواں نو بھی نیکیاں بنا دیتا. ہائے ہائے سبحان اللہ سبحان. میرے ویر میرے برادر، رب نے اینو اپنے سامنے کھڑیاں کر لیا. بولو رب نے، اور گج کے بولو رب نے کھڑیاں کر لیا. ہاں بھائی، کوئی دنیا تے کوئی چج دا کام کر کے آیا، کوئی نیکی ہے ہی پلے؟ تے آندا مالکا مینوں تے کوئی یاد نہیں. اللہ فرماندے نے کوئی یاد کر لا، شاید کوئی لب جاوے. ہو سکتا ہے لب جاوے کوئی، ذرا مار ہاں نظر تے حالہ رب جاندا ہے. بولو رب، رب جاندا. فرمایا کوئی مار نظر، کوئی مار ترلا کسے پاسے لب جائے. ہائے ہائے، تھوڑی دیر سوچن تو بعد آندا ہے اللہ ایک نیکی تے ہے، پتہ نہیں وہ نیکی تو قبول کرنا ہے کہ نہیں. ایک نیکی ہے، اللہ فرماندے نے میرے بندے وہ کیڑی نیکی؟ اے عرشاں والے ربا، میں تجارت دا کام کردا سی، کاروبار ٹھیک سی. بعض دفعہ لوگ آندے میرے کولو کپڑا ادھار لے جاندے، پیسے لے جاندے، چیز لے جاندے. بعض دفعہ کوئی ایسے لوگ بھی آندے، غریب آ جاندے، آ کے سوال کردے اور قرض بطور قرض وہ میرے کولو لے جاندے. تے وقت جی تو آندا نا، تے سال دا ٹائم ہے، مہینے دا ٹائم، جیڑا بھی وقت لیا ہوندا سی، وقت آندا تے انہاں کولے پیسے نہ ہوندے، پیسے نہ ہوندے تے میں انہاں نوں اگے مہلت دے دیندا سی، میں انہاں تے سختی نہیں سی کردا. تے بعض ایسے بھی ہوندے سن کہ وہ میرے کولو پیسے تے لے جاندے سی، لیکن ہے بڑے غریب سی، ہے بڑے کمزور سی. تے جدوں مینوں پتہ لگدا کہ اے تے ماڑا آدمی ہے، غریب آدمی ہے، یہ بچیاں دا پتہ نہیں کیویں پیٹ پالدا ہے، تے مینوں پتہ لگدا نا، تے جدوں وہ رقم لے کے آندا، پیسے لے کے آندا، جناب آ تہاڈی امانت ہے، تے میں انہوں آندا جا لے جا، میں تینوں معاف کر چھڈیا، میں تینوں معاف کر دیتا. ہائے ہائے، تے رب پتہ کی آندا ہے؟ او میرے بندے،
ਤੂੰ ਬੰਦਾ ਹੋ ਕੇ ਅਤੇ ਮੇਰੀ ਮਖਲੂਕ 'ਤੇ ਤਰਸ ਕਰਦਾ ਰਿਹਾ, ਤੂੰ ਬੰਦਾ ਹੋ ਕੇ ਮੇਰੇ ਬੰਦਿਆਂ ਦਾ ਖਿਆਲ ਕਰਦਾ ਰਿਹਾ, ਅਤੇ ਫਿਰ ਮੈਂ ਰੱਬ ਹੋ ਕੇ ਤੈਨੂੰ ਮਾਫ ਨਾ ਕਰਾਂ। ਹਾਏ ਹਾਏ, ਰੱਬ ਆਂਦਾ ਜਾ, ਤੂੰ ਮੇਰੇ ਬੰਦਿਆਂ ਨੂੰ ਮਾਫ ਕਰਦਾ ਰਿਹਾ, ਮੈਂ ਤੇਰਾ ਰੱਬ ਹਾਂ, ਜਾਂ ਤੇਰੀ ਸਾਰੀ ਜ਼ਿੰਦਗੀ ਦੀਆਂ ਗਲਤੀਆਂ 'ਤੇ ਮੈਂ ਮਾਫ਼ੀ ਦਾ ਕਲਮ ਫੇਰ ਦਿੱਤਾ। ਅਤੇ ਐਲਾਨ ਕੀ ਹੁੰਦਾ? ਫਰਮਾਇਆ ਫਅਦਖਲਹੁਲ ਜੰਨਾ ਫਅਦਖਲਹੁਲ ਜੰਨਾ। ਇਹ ਮੈਂ ਆਪਣੇ ਕੋਲੋਂ ਬਿਆਨ ਨਹੀਂ ਕਰ ਰਿਹਾ, ਇਹ ਬੁਖਾਰੀ ਸ਼ਰੀਫ ਦੀ ਹਦੀਸ। ਅੱਲਾ ਫਰਮਾਉਂਦੇ ਨੇ ਫਅਦਖਲਹੁਲ ਜੰਨਾ, ਇਸ ਮੇਰੇ ਬੰਦੇ ਨੂੰ ਜੰਨਤ ਦਾ ਦਾਖਲਾ ਨਸੀਬ ਕਰ ਦਿਓ। ਮੇਰੇ ਵੀਰ, ਮੇਰੇ ਬਰਾਦਰ, ਪਤਾ ਇਹ ਲੱਗਾ, ਅਗਰ ਕੋਈ ਕਰਜ਼ਾ ਲੈ ਜਾਏ, ਅਗਰ ਕੋਈ ਪੈਸੇ ਲੈ ਜਾਏ, ਉਹਨਾਂ ਕੋਲ ਵਕਤ ਨਾਲ ਨਾ ਬਣਨ, ਔਰ ਹਾਲਾਤ ਨੂੰ ਵੀ ਤੂੰ ਜਾਣਦਾ ਹੋਏ ਔਰ ਤੈਨੂੰ ਪਤਾ ਹੋਏ ਇਹ ਆਦਮੀ ਕਮਜ਼ੋਰ ਹੈ, ਇਹ ਆਦਮੀ ਮਜਬੂਰ ਹੈ, ਉਹ ਮੀਆਂ ਤੂੰ ਉਹਨੂੰ ਤੰਗ ਨਾ ਕਰਿਆ ਕਰ, ਪਰੇਸ਼ਾਨ ਨਾ ਕਰਿਆ ਕਰ, ਤੇ ਜੇ ਹੋ ਸਕੇ ਤੇ ਰੱਬ ਦੀ ਰਜ਼ਾ ਵਾਸਤੇ ਮਾਫ ਕਰ ਦਿਆ ਕਰ, ਰੱਬ ਤੈਨੂੰ ਮਾਫ ਕਰ ਦੇਵੇਗਾ। ਇਹਦੇ ਬਦਲੇ ਚ ਰੱਬ ਤੈਨੂੰ ਜੰਨਤ ਦਾ ਦਾਖਲਾ ਨਸੀਬ ਕਰ ਦੇਗਾ। ਬੋਲੋ ਇਹਦੇ ਬਦਲੇ ਚ ਰੱਬ, ਉਹ ਗੱਜ ਕੇ ਬੋਲੋ, ਇਹਦੇ ਬਦਲੇ ਚ ਰੱਬ ਤੇ ਜੰਨਤ ਦਾ ਦਾਖਲਾ ਚਾਹੁੰਦੇ ਹੋ? ਉਹ ਬੋਲੋ ਤੇ ਸਹੀ ਯਾਰ, ਇੰਨੇ ਢਿੱਲਿਆਂ ਨੂੰ ਜੰਨਤ ਨਹੀਂ ਲੱਭਣੀ। ਆ ਜਿੰਨੇ ਢਿੱਲੇ ਅਸੀਂ ਹਾਂ, ਉਹ ਜੰਨਤ ਦਾ ਦਾਖਲਾ ਚਾਹੁੰਦੇ ਹੋ? ਮਾਸ਼ਾਅੱਲਾ, ਮਾ ਇੰਜ ਲੱਭਣੀ ਹੈ। ਰੱਬ ਕੋਲੋਂ ਮੰਗੋ ਤੇ ਗਿੜਗਿੜਾ ਕੇ ਮੰਗੋ, ਰੱਬ ਕੋਲੋਂ ਜਦੋਂ ਮੰਗੋ ਤੇ ਗਿੜਗਿੜਾ ਕੇ ਮੰਗੋ, ਅੱਲਾ ਅੱਲਾ। ਮੇਰੇ ਵੀਰ, ਮੇਰੇ ਬਰਾਦਰ, ਅਜੇ ਨਹੀਂ ਸਮਝ ਆਈ ਤੇ ਆ ਇੱਕ ਹੋਰ ਅਮਲ ਤੈਨੂੰ ਦੱਸਾਂ, ਉਹ ਅਮਲ ਵੀ ਕਰ ਲਿਆ ਕਰ। ਮੇਰੇ ਤੇ ਤੇਰੇ ਪੀਰੋ ਮੁਰਸ਼ਦ ਜਨਾਬ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ, ਜੱਗਾਂ ਦੇ ਪੀਰ ਅਲੈਹਿ ਸਲਾਮ ਫਰਮਾਉਂਦੇ ਨੇ, ਜਿਹੜਾ ਬੰਦਾ ਨਮਾਜ਼ ਤੋਂ ਬਾਅਦ ਆਕਾ ਫਰਮਾਉਂਦੇ ਨੇ ਐਤੁਲ ਕੁਰਸੀ ਪੜ੍ਹਦਾ, ਆਉਂਦੀ ਹੈ ਨਾ, ਮਾਸ਼ਾਅੱਲਾ ਆਉਂਦੀ ਹੈ, ਅੱਲਾਹੁ ਲਾ ਇਲਾਹਾ ਇੱਲਾ ਹੁਵਾ ਅਲ ਹਯ ਅਲ ਕਯੂਮ ਲਾ ਤਖਜ਼ਹੁ ਸਿਨਤੁਂ ਵਲਾ ਨੌਮ ਲਹੁ ਮਾ ਫਿਸ ਸਮਾਵਾਤਿ ਵਮਾ ਫਿਲ ਅਰਦ ਮਨ ਜ਼ਲਜ਼ੀ ਯਸ਼ਫਾਉ ਇਨਦਹੁ ਇੱਲਾ ਬਿਇਜ਼ਨਿਹਿ ਯਅਲਮੁ ਮਾ ਬੈਨ ਅਈਦੀਹਿਮ ਵਮਾ ਖਲਫਹਿਮ ਵਲਾ ਯੁਹੀਤੂਨ ਬਿਸ਼ਈਇਨ ਮਿਨ ਇਲਮਿਹਿ ਇੱਲਾ ਬਿਮਾ ਸ਼ਾਅ ਵਸਿਅ ਕੁਰਸੀਯੁਹੁ ਸਮਾਵਾਤਿ ਵਲ ਅਰਦ ਵਲਾ ਯਊਦੁਹੁ ਹਿਫਜ਼ਹੁਮਾ ਵਹੁਵਲ ਅਲੀਯੁਲ ਅਜ਼ੀਜ਼। ਆਕਾ ਫਰਮਾਉਂਦੇ ਨੇ ਨਮਾਜ਼ ਤੋਂ ਬਾਅਦ ਜਿਹੜਾ ਆਦਮੀ ਐਤੁਲ ਕੁਰਸੀ ਪੜ੍ਹ ਲੈਂਦਾ ਅਤੇ ਇਹਦੇ ਦਰਮਿਆਨ ਅਤੇ ਰੱਬ ਦੀ ਜੰਨਤ ਦੇ ਦਰਮਿਆਨ ਸਿਰਫ ਇੱਕ ਮੌਤ ਹਾਇਲ ਹੈ, ਸਿਰਫ ਇੱਕ ਮੌਤ ਹਾਇਲ ਹੈ। ਅਗਰ ਮੌਤ ਆ ਗਈ ਤਾਂ ਸਿੱਧਾ ਰੱਬ ਦੀ ਜੰਨਤ ਅੰਦਰ ਚਲਾ ਜਾਏਗਾ। ਬੋਲੋ, ਸਿੱਧਾ ਰੱਬ ਦੀ ਜੰਨਤ ਅੰਦਰ ਚਲਾ ਜਾਏਗਾ। ਅਜੇ ਨਹੀਂ ਸਮਝ ਆਈ ਤੇ ਆ ਇੱਕ ਹੋਰ ਆਸਾਨ ਜਿਹਾ ਨੁਸਖਾ ਤੈਨੂੰ ਦੱਸਾਂ। ਮੈਨੂੰ ਯਾਦ ਆਇਆ, ਮੇਰੇ ਤੇ ਤੇਰੇ ਪੀਰੋ ਮੁਰਸ਼ਦ ਜਨਾਬ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ, ਉਹ ਚਾਹੁੰਦੇ ਹੋ ਜੰਨਤ ਦਾ ਦਾਖਲਾ? ਉਹ ਬੋਲੋ, ਚਾਹੁੰਦੇ ਹੋ? ਤੇ ਆ ਇੱਕ ਵਜ਼ੀਫਾ ਪੱਲੇ ਬੰਨ ਲਓ, ਹਰ ਇੱਕ ਨੂੰ ਯਾਦ ਹੈ, ਹਰ ਇੱਕ ਨੂੰ, ਤੇ ਉਹ ਬਦਨਸੀਬ ਹੀ ਹੋਏਗਾ ਜਿਹਨੂੰ ਨਹੀਂ ਆਉਂਦਾ। ਉਹ ਬਦਨਸੀਬ ਹੈ ਜਿਹਨੂੰ ਇਹ ਨਹੀਂ ਆਉਂਦਾ। ਆਸਾਨ, ਆਕਾ ਅਲੈਹਿ ਸਲਾਮ ਫਰਮਾਉਂਦੇ ਨੇ ਜਿਹੜਾ ਫਜਰ ਦੀ ਨਮਾਜ਼ ਤੋਂ ਬਾਅਦ ਸੂਰਤ ਇਖਲਾਸ ਆਉਂਦੀ ਹੈ, ਉਹ ਕੁਲ ਹੁਵੱਲਾ ਆਉਂਦੀ ਹੈ, ਫਰਮਾਇਆ ਜਿਹੜਾ ਬੰਦਾ ਫਜਰ ਦੀ ਨਮਾਜ਼ ਤੋਂ ਬਾਅਦ 10 ਮਰਤਬਾ, ਕਿੰਨੀ ਮਰਤਬਾ? ਇੱਕ ਦਿਨ ਦੇ ਅੰਦਰ, ਭਾਵੇਂ ਫਜਰ ਦੀ ਨਮਾਜ਼ ਤੋਂ ਫੌਰਨ ਬਾਅਦ ਪੜ੍ਹ ਲਓ ਅਤੇ ਭਾਵੇਂ ਸ਼ਾਮ ਤੱਕ ਪੜ੍ਹ ਲਓ, ਫਰਮਾਇਆ ਜਿਹੜਾ ਸ਼ਖਸ
एक दिन के अंदर रोजाना 10 मरतबा सूरत इखलास पढ़ लैंदा ते रब आंदा मेरे ते लाजम हो जाता कि ऐसे शख्स नूं मैं जन्नत दा दाखला नसीब कर दे। वो किन्ना आसान नुस्खा, कुल हो वल्ला हो आहद, पढ़ लो तुसी भी, कुल हो वल्ला हो आहद अल्लाहु समद लम यलद वलम यूलद वलम यकुल्लहु कुफुवन आहद। अल्लाह अल्लाह, वो 10 मरतबा तू पढ़ ले ते जन्नत दा हकदार रब तेनू बना देवेगा। अजे समझ नहीं आई ते कल नू माशाल्लाह ईद दा दिन है ना, क्यों भी बोलो माशाल्लाह माशाल्लाह, पता लगा कि माशाल्लाह बैठे ने। कल ईद दा दिन है, अल्लाह ये खुशी भी नसीब कर दे, पर की पता है? हाय हाय, ए ओ मालक जानदा किन्नू खुशी नसीब करनी है ते किदे घर उन्ने गम पैदा कर दे। हाय हाय, ते इस खुशी दे मौके ते यतीमां दा ख्याल रखिया जे, रखोगे? बोलो रखोगे? फितराने दे मौके ते इन्हां यतीमां दा ख्याल रखिया जे। अगर रब ने वसाइल दिते ने, कपड़ा बना के दे दिया जे, जुत्ती लैके दे दिया जे, कोई चार आने दे दिया जे, ते जे घर दे अंदर रोटी बनाओ, बल्कि बेहतर है कि राशन लैके उन्होंने घर पहुँचा दिया जे। और रब्बे काबा दी कसम है, तू यतीम दे सिर ते हाथ रखेगा और यतीम दा ख्याल करेगा, मेरे ते तेरे पीरो मुर्शद जनाबे मुहम्मद सल्लल्लाहु अलैहि वसल्लम ने फरमाया, आना वकाफिलुल यतीम। आका फरमांदे ने, आना वकाफिलुल यतीम फिल जन्ना। और जेड़ा बंदा यतीम दा ख्याल करदा है, खुदा दी कसम है, ऐस किताब दे उतारन वाले दी कसम है, और जाओ किन्नी आसान जन्नत है, खुदा दी कसम है। औखी ओ बोलो, औखी ये मौलवियां औखी बनाई है, पर औखी गज के बोलो, औखी औखी नहीं। और जा, मैं जिम्मेदारी नाल बात कर रहा, मिंबर ते बैठ के बात कर रहा, खुदा दी कसमें अगर इस हदीस ते अमल कर दिया होया, तू किसे यतीम नो 100 रुपया दे देना, किन्ना? ते 100 रुपए की इस महंगाई दे दौर च कोई औकात हैगी है? और तू एक सूट दे देना, बोलो एक सूट दे देना, एक कपड़िया का जोड़ा बना देना, एक जुत्ती का जोड़ा लै देना, इस हदीस से अमल कर दिया होया, और मियाँ उन्हें राशन घर पहुँचा देना, रब्बे काबा की कसम है, अगर हदीस से अमल करके देवेगा तो इंशाल्लाह रब तेनू जन्नत का दाखला नसीब कर देवेगा, इंशाल्लाह रब जन्नत का, और गज के बोलो, जन्नत दा दाखला नसीब करेगा। आना वकाफिलुल यतीम। हाय हाय, यतीम, मैनु याद आया मेरे ते तेरे पीरो मुर्शद, कह लो सल्लल्लाहु अलैहि। ओ यतीम, दुख बड़ा है, वाकई परेशानी बड़ी है, पर खुदा दी कसमें जिस पैगंबर दा कलमा पढ़िया, रब ने उन्हें भी यतीम पैदा किया। जिस पैगंबर दा कलमा पढ़िया ही, रब ने उन्हें भी यतीम पैदा किया, ताकि यतीम हौसला रखे आ दे। हाय हाय, मेरे वीर मेरे बरादर, और किसे बड़ी प्यारी गल की है, यतीम दा ख्याल करना चाहिए, करोगे? ओ बोलो करोगे? अल्लाह करन दी तौफीक नसीब फरमाए। और चिड़की ना आई यतीम किसे नो, ते मर गई जिदी माँ आई, मापियां बाज यतीमा ताई आस उम्मीद नकाई,
ਮਾਵਾਂ ਵਾਲੇ ਮਾਵਾਂ ਦੇ ਵੱਲ, ਜਿਨ੍ਹਾਂ ਦੇ ਮਾਪੇ ਜ਼ਿੰਦਾ ਹੈ ਨਾ ਅੱਲਾ, ਉਹਨਾਂ ਨੂੰ ਮਾਂ ਬਾਪ ਦਾ ਅਦਬ ਅਤੇ ਇਹਤਰਾਮ ਕਰਨ ਦੀ ਤੌਫੀਕ ਨਸੀਬ ਫਰਮਾ। ਉਹ ਮਾਪਿਆਂ ਵਾਲੇ ਮਾਵਾਂ ਵਾਲੇ ਮਾਵਾਂ ਦੇ ਵੱਲ ਸੌ ਫਰਿਆਦ ਲਿਆਵਨ, ਰੋ ਕਰ ਮੋਈਆਂ ਮਾਵਾਂ ਵਾਲੇ ਆਪੇ ਹੀ ਚੁੱਪ ਕਰ ਜਾਵਨ। ਮਾਵਾਂ ਵਾਲੇ ਨਹਿਰ ਖੁਸ਼ੀ ਥੀ ਵਾਂਗ ਬਗੀਚੇ ਪਲ ਦੇ, ਯਤੀਮਾਂ ਤਾਈ ਆਸ ਖੁਦਾ ਦੀ ਜਿਵੇਂ ਨੇ ਰੁੱਖ ਜੰਗਲ ਦੇ। ਪਰਵਾਨਿਓ ਪਤਾ ਲੱਗਾ, ਜਿਹੜਾ ਬੰਦਾ ਯਤੀਮ ਦਾ ਖਿਆਲ ਕਰਦਾ ਰੱਬ ਉਹਨੂੰ ਇਹਦੇ ਇਵਜ਼ ਅੰਦਰ ਜੰਨਤ ਦਾ ਦਾਖਲਾ ਨਸੀਬ ਕਰ ਦੇਵੇਗਾ। ਕੁਰਾਨ ਦਿਓ ਪਰਵਾਨਿਓ, ਅਜੇ ਵੀ ਸਮਝ ਨਹੀਂ ਆਈ ਤੇ ਆ ਮੈਂ ਇੱਕ ਹੋਰ ਮੁਕਾਮ ਤੇਰੇ ਸਾਹਮਣੇ ਇੱਕ ਹੋਰ ਹਦੀਸ ਪੜ੍ਹ ਕੇ ਸੁਣਾਵਾਂ। ਇਸ ਹਦੀਸ ਦੇ ਰਾਵੀ ਨੇ ਜਨਾਬ ਸੈਯਦਨਾ ਅਬੂ ਅਯੂਬ ਰਜ਼ੀ ਅੱਲਾਹੁ ਤਾਲਾ ਕਹਿਲੋ ਰਜ਼ੀ ਅੱਲਾਹੁ ਤਾਲਾ ਅਨਹੋ ਫਰਮਾਉਂਦੇ ਨੇ ਕਿ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਖਿਦਮਤ ਅੰਦਰ ਇੱਕ ਅਰਾਬੀ ਆਇਆ, ਇੱਕ ਦਿਹਾਤੀ ਸ਼ਖਸ ਆਇਆ, ਇੱਕ ਪੇਂਡੂ ਆਦਮੀ ਆਇਆ ਅਤੇ ਆ ਕੇ ਆਉਂਦਾ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ, ਸੋਹਣਿਆ ਮਹਿਬੂਬਾ ਕੋਈ ਮੈਨੂੰ ਐਸਾ ਅਮਲ ਦੱਸ ਦਿੱਤਾ ਜਾਏ ਜਿਹਦੀ ਵਜ੍ਹਾ ਨਾਲ ਮੇਰਾ ਰੱਬ ਮੈਨੂੰ ਜੰਨਤ ਦਾ ਦਾਖਲਾ ਨਸੀਬ ਕਰ ਦੇਵੇ। ਆਕਾ ਸਲਾਮ ਫਰਮਾਉਂਦੇ ਨੇ ਓਏ ਰੱਬ ਨਬੀ ਅਲ ਕਰੀਮ ਵਨਾਹਨੋ ਅਲਾ ਜ਼ਾਲਿਕਾ ਮਿਨ ਸ਼ਾਹਿਦੀਨ ਵਸ਼ਾਕਰੀਨ ਵਲਹਮਦੁਲਿਲਾਹ ਰੱਬਿਲ ਆਲਮੀਨ।